ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੋਸਤ ਰਜਿੰਦਰ ਬਰਾੜ। ਦੋਸਤੋ, ਜਿਹੜੀ ਵੱਡੀ ਖਬਰ ਆ ਰਹੀ ਆ ਉਹ ਸੁਪਰੀਮ ਕੋਰਟ ਵੱਲੋਂ ਆ ਰਹੀ ਹੈ, ਕਿਉਂਕਿ ਸਮਲਿੰਗਿਕ ਜਾਂ ਗੇ ਲੋਕਾਂ ਦੇ ਲਈ ਸੁਪਰੀਮ ਕੋਰਟ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ, ਕਿਉਂਕਿ ਸੈਕਸ਼ਨ 377 ਨੂੰ ਹਟਾ ਦਿੱਤਾ ਗਿਆ, ਜਿਸ ਦੇ ਅਨੁਸਾਰ ਸਮਲਿੰਗਿਕ ਸੈਕਸ ਨੂੰ ਗੈਰ ਕਾਨੂੰਨੀ ਮੰਨਿਆ ਜਾਂਦਾ ਸੀ ਤੇ ਇਸ ਤਰ੍ਹਾਂ ਦੇ ਸੈਕਸ ਦੇ ਲਈ ਸਜ਼ਾ ਵੀ ਰੱਖੀ ਗਈ ਸੀ। ਹੁਣ ਇਸ ਸੈਕਸ਼ਨ ਨੂੰ ਹਟਾ ਦਿੱਤਾ ਗਿਆ ਤੇ ਇਸ ਦੇ ਅਨੁਸਾਰ ਇਹ ਕਿਹਾ ਗਿਆ ਕਿ ਸਮਲਿੰਗਿਕ ਸੈਕਸ ਜਿਹੜਾ ਉਹ ਗੈਰ ਕਾਨੂੰਨੀ ਨਹੀਂ, ਭਾਵ ਕਿ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇੱਦਾਂ ਦੇ ਸੈਕਸ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਸਜ਼ਾ ਨਹੀਂ। ਬਲਕਿ ਜੇਕਰ ਕੋਈ ਇੱਦਾਂ ਦੇ ਸੈਕਸ ਨੂੰ ਗਲਤ ਨਜ਼ਰ ਦੇ ਨਾਲ ਦੇਖਦਾ ਜਾਂ ਕਿਸੇ ਨੂੰ ਇਸ ਤਰ੍ਹਾਂ ਦੇ ਸੈਕਸ ਨੂੰ ਲੈ ਕੇ ਪਰੇਸ਼ਾਨ ਕਰਦਾ, ਤੰਗ ਕਰਦਾ, ਤਾਂ ਸੁਪਰੀਮ ਕੋਰਟ ਨੇ ਸਾਫ਼ ਤੌਰ 'ਤੇ ਕਿਹਾ ਕਿ ਉਸ ਦੇ ਉੱਪਰ ਕੇਸ ਕੀਤਾ ਜਾ ਸਕਦਾ ਅਤੇ ਉਸਨੂੰ ਸਜ਼ਾ ਦਿੱਤੀ ਜਾ ਸਕਦੀ ਆ। ਸੋ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਇੱਦਾਂ ਦੇ ਲੋਕ ਆ ਉਹ ਮਾਨਸਿਕ ਤੌਰ 'ਤੇ ਬਿਮਾਰ ਨਹੀਂ, ਬਲਕਿ ਇਹ ਵੀ ਕੁਦਰਤ ਦਾ ਇੱਕ ਹਿੱਸਾ। ਇੱਦਾਂ ਦੇ ਲੋਕਾਂ ਨੂੰ ਵੀ ਆਪਣੀ ਜ਼ਿੰਦਗੀ ਖੁੱਲ੍ਹੇ ਤੌਰ 'ਤੇ ਸੁਤੰਤਰ ਤੌਰ 'ਤੇ ਜੀਣ ਦਾ ਪੂਰਾ ਅਧਿਕਾਰ ਆ। ਕਿਸੇ ਨੂੰ ਵੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਸੋ ਦੋਸਤੋ, ਪਹਿਲਾਂ ਦੇਖਿਆ ਜਾਂਦਾ ਸੀ ਕਿ ਕੋਈ ਇੱਦਾਂ ਦੇ ਗੇ ਲੋਕ ਹੁੰਦੇ ਸੀ, ਉਹਨਾਂ ਨੂੰ ਲੈ ਕੇ ਸਮਾਜ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ, ਕਾਫ਼ੀ ਜ਼ਿਆਦਾ ਉਹਨਾਂ ਨੂੰ ਤੰਗ ਪਰੇਸ਼ਾਨ ਅਕਸਰ ਕੀਤਾ ਜਾਂਦਾ ਸੀ। ਲਾਅ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਸਾਫ਼ ਤੌਰ 'ਤੇ ਕਿਹਾ ਜਾਂਦਾ ਸੀ ਕਿ ਇੱਦਾਂ ਦਾ ਸੈਕਸ ਕਿਸੇ ਤਰ੍ਹਾਂ ਵੀ ਮਨਜ਼ੂਰ ਨਹੀਂ ਕੀਤਾ ਜਾਊਗਾ ਅਤੇ ਇੱਦਾਂ ਦੇ ਸੈਕਸ ਲਈ ਉਹਨਾਂ ਨੇ ਸਜ਼ਾ ਵੀ ਰੱਖੀ ਸੀ। ਬਲਕਿ ਹੁਣ ਹਟਾ ਕੇ ਜੇਕਰ ਕੋਈ ਇੱਦਾਂ ਦੇ ਸੈਕਸ ਨੂੰ ਰੋਕਦਾ ਜਾਂ ਕਿਸੇ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਤਾਂ ਉਸ ਦੀ ਉਲਟ ਸਜ਼ਾ ਦਾ ਹੱਕਦਾਰ ਹੋਊਗਾ। ਸੋ ਗੇ ਲੋਕਾਂ ਦੇ ਲਈ, ਸਮਲਿੰਗੀ ਲੋਕਾਂ ਦੇ ਲਈ ਇਹ ਇੱਕ ਖੁਸ਼ਖਬਰੀ ਆ। ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਕੀ ਇਹ ਸੁਪਰੀਮ ਕੋਰਟ ਨੇ ਸਹੀ ਫੈਸਲਾ ਲਿਆ ਜਾਂ ਨਹੀਂ। ਤੁਸੀਂ ਇਸ ਤਰ੍ਹਾਂ ਦੇ ਸੈਕਸ ਦੇ ਹੱਕ ਦੇ ਵਿੱਚ ਹੋ ਜਾਂ ਵਿਰੋਧ ਦੇ ਵਿੱਚ, ਪਲੀਜ਼ ਤੁਸੀਂ ਨੀਚੇ ਕਮੈਂਟ ਜ਼ਰੂਰ ਕਰੋ। ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰੋ ਅਤੇ ਹੋਰ ਵੀਡੀਓਜ਼ ਦੇ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਥੈਂਕ ਯੂ।